प्यारे विद्यार्थी स्वागत है एक बार फिर ਤੁਹਾਡਾ ਤੁਹਾਡੇ ਆਪਣੇ ਇਸ এডਿਕੇਸ਼ਨਲ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਮਾਤ 9ਵੀਂ ਦਾ ਇਹ ਤੁਹਾਡਾ ਪੇਪਰ ਹੋਏਗਾ ਪੰਜਾਬੀ A ਉਸ ਨੂੰ ਆਪਾਂ ਤੁਹਾਡੇ ਲਈ ਹੱਲ ਕਰਾਂਗੇ ਇਹਨਾਂ ਤੁਸੀਂ ਇੱਕ ਸੈਂਪਲ ਪੇਪਰ ਮੰਨ ਕੇ ਚੱਲਿਓ ਤਾਂ ਉਹ ਵੇਖਦੇ ਹਾਂਗੇ ਸਭ ਤੋਂ ਪਹਿਲਾਂ ਸੁੰਦਰ ਲਿਖਾਈ ਦੇ 5 ਅੰਕ ਹੋਣਗੇ ਪੇਪਰ ਕਿੰਨੇ ਨੰਬਰ ਦਾ ਹੋਏਗਾ ਪੁੱਤਰ ਪੇਪਰ ਹੋਏਗਾ ਆਪਣੇ ਕੋਲ 60 ਅੰਕ ਦਾ ਤਾਂ ਬਸ ਤੁਹਾਨੂੰ ਇਸ ਪ੍ਰਸ਼ਨ ਦੇਖਦੇ ਪਹਿਲਾਂ ਆਪਾਂ ਬਸਾਖੀ ਦੇ ਮੇਲੇ ਵਾਲੇ ਦਿਨ ਕਿਹੜੀ ਫਸਲ ਪੱਕ ਜਾਂਦੀ ਹੈ ਵੀ ਕਣਕ ਮੈਂ ਪੰਜਾਬੀ ਕਬਤਕ ਕਿਸ ਦੀ ਰਚਨਾ ਹੈਗੀ ਇਹਗੀ ਫਿਰੋਜ਼ਦੀਨ ਸ਼ਰਫ ਦੀ ਠੀਕ ਤੀਸਰਾ ਦੇਖੋ ਗਲੀ ਵਿੱਚ ਸਭ ਤੋਂ ਪਹਿਲਾਂ ਕੌਣ ਆਇਆ ਹੁਣ ਹੈ ਵੀ ਸ਼ਾਵੜੀ ਵਾਲਾ ਠੀਕ ਵੱਡਿਆਂ ਦਾ ਆਦਰ ਕਿਸ ਦੀ ਰਚਨਾ ਹੈ ਜੀ ਕਿਹਦੀ ਰਚਨਾ ਵੀ લાલા لالપુરી ਹਨਾ ਲਾਲਾ બિહારી لالપુરી ਬशीर ਦੇ ਦੀ ਕਿਹੜੀ ਗੱਲ مشهور ਸੀ فٹبال ਦੀ ਕਿੱਕ ਹਨਾ فٹبال ਦੀ ਕਿੱਕ ਇੱਕ ਕੁਐਸਚਨ ਹੈਗਾ ਵਿੱਚੋਂ ਜਨਮ ਦਿਨ ਕਹਾਣੀ ਦੇ ਕਿਸੇ ਇੱਕ ਪਾਤਰ ਦਾ ਨਾਮ ਲਿਖੋ ਹਾਂਜੀ ਕੀ ਹੈ ਵੀ ਬਸ਼ੀਰ ਤਿੱਕੇ ਬਸ਼ੀਰੇ ਦੀ ਕਿਹੜੀ ਗੱਲ ਮਸ਼ਹੂਰ ਸੀ ਵੀ ਉਸ ਦੀ ਫੁੱਟਬਾਲ ਦੀ ਕਿੱਕ ਕਿਸ਼ਨ ਦੇਈ ਕਿਹੜੀ ਕਾਂਗੀ ਦੀ ਪਾਤਰ ਹੈ ਹਾਂਜੀ ਗਊ ਮੁਖਾ ਸ਼ੇਰ ਮੁਖਾ ਗਊ ਮੁਖਾ ਸ਼ੇਰ ਮੁਖਾ ਪਰਤ ਆਉਣ ਤੱਕ ਹੀ ਕਾਂਗੀ ਦੇ ਲੇਖ ਦਾ ਕੀ ਨਾਮ ਹੈ ਹਾਂਜੀ ਡਾਕਟਰ ਸतीश ਕੁਮਾਰ ਬਰਮਾ ਡਾਕਟਰ ਸतीश ਕੁਮਾਰ ਬਰਮਾ ਬੰਤੇ ਦੇ ਮੁੰਡੇ ਦਾ ਕੀ ਨਾਮ ਸੀ ਹਾਂਜੀ ਕੀ ਨਾਮ ਸੀ ਉਸ ਦਾ ਹੰਮਣ ਬੰਤਾ ਕਿਹੜੇ ਸ਼ਹਿਰ ਵਿੱਚ ਰਿਕਸ਼ਾ ਚਲਾਉਂਦਾ ਸੀ ਵੀ? ਅੰਮ੍ਰਿਤਸਰ ਦੇ ਵਿੱਚ। ਠੀਕ। ਹਾਂਜੀ ਅੱਗੇ ਪ੍ਰਸੰਗ ਸਹਿਤ ਵਿਆਖਿਆ ਵੀ ਇਹ ਤੁਸੀਂ ਚੈੱਕ ਕਰ ਲਿਓ। ਨੈਕਸਟ ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਹੈ, ਪਿਆਲਾ ਪਾਣੀ ਜਾਂ ਟੁਕੜੀ ਜੱਗ ਤੋਂ ਨਿਆਰੀ। ਇਸ ਤੋਂ ਬਾਅਦ ਆਰਤਿਕ ਦਾ ਸਾਰ ਲਿਖਣਾ ਤੁਸੀਂ ਇਹ ਪੰਜ ਅੰਕਾਂ ਦਾ ਆਪਣੇ ਕੋਲ। ਇਸ ਤੋਂ ਬਾਅਦ ਕੁਐਸਚਨ ਨੇ ਦੇਖੋ ਜਿਵੇਂ ਪਹਿਲਾਂ ਹੈ। ਸੁਲਤਾਨਪੁਰ ਰਹਿੰਦੇ ਆ ਗੁਰੂ ਨਾਨਕ ਦੇਵ ਜੀ ਦਾ ਨਿਤਕਰਮ ਕੀ ਸੀ? ਹਾਂਜੀ ਕੀ ਕਰਦੇ ਸੀ ਵੀ ਪਹਿਲਾਂ ਇਸ਼ਨਾਨ ਕਰਨ ਤੋਂ ਬਾਅਦ ਪ੍ਰਸ਼ਾਦਾ ਚੱਕਦੇ ਸੀ ਫਿਰ ਕੀਰਤਨ ਕਰਦੇ ਸੀ ਠੀਕ ਹੈ ਇਸ ਤੋਂ ਬਾਅਦ ਤਿਲਕ ਲਾ ਕੇ ਮੋਦੀ ਖਾਨੇ ਵਿੱਚ ਹਿਸਾਬ ਕਿਤਾਬ ਕਰਦੇ ਸੀ ਇਸ ਤੋਂ ਬਾਅਦ ਦੂਸਰਾ ਕੁਸਚਨ ਹੈ ਵੀ ਪਾਂਡਾ ਭੂਲੀਆਂ ਭਾਲੀਆਂ ਔਰਤਾਂ ਨੂੰ ਕਿਵੇਂ ਬਰਗਲਾ ਕੇ ਲੁੱਟਦਾ ਸੀ ਹਾਂਜੀ ਵੀ ਜਿਹੜਾ ਪਾਂਡਾ ਸੀ ਉਹ ਮਨਕੜ ਤੱਕਟਨਾਮਾ ਘੜ ਕੇ ਉਹਨਾਂ ਔਰਤਾਂ ਨੂੰ ਦੱਸ ਕੇ ਲੁੱਟਦਾ ਸੀ ਕਿਸ ਤੋਂ ਪੈਸੇ ਕਿਸ ਤੋਂ ਨਾਜ ਕਿਸ ਤੋਂ ਛਾਂਪਾਂ ਛੱਲੇ ਲੈ ਕੇ ਤੁਰ ਜਾਦਾ ਸੀ ਵੱਡਿਆਂ ਦਾ ਆਦਰ ਕਿਵੇਂ ਕਰਨਾ ਚਾਹੀਦਾ ਹੈਗਾ ਹਾਂਜੀ ਬੇਟਾ ਅਗਲਾ ਕੁਐਸਚਨ ਆਪਣਾ ਤੀਸਰਾ ਕੁਐਸਚਨ ਹੈਗਾ ਤਾਂ ਵੱਡਿਆਂ ਦਾ ਜਿਹੜਾ ਆਦਰ ਹੈਗਾ ਵੀ ਜਿਵੇਂ ਪੈਰੀ ਹੱਥ ਲਾ ਕੇ ਉਹਨਾਂ ਨੂੰ ਪਿਆਰ ਨਾਲ ਸਤਿਕਾਰ ਦੇ ਕੇ ਉਹਨਾਂ ਦਾ ਆਦਰ ਕਰਨਾ ਚਾਹੀਦਾ ਹੈਗਾ ਜੰਗਲ ਦੇ ਜਾਨਵਰ ਨੰਗੇ ਪੈਰਾਂ ਦੀ ਆਹਟ ਦੂਰੋਂ ਕਿਉਂ ਸੁਣ ਲੈਂਦੇ ਹਨ ਕਿਉਂ ਸੁਣ ਲੈਂਦੇ ਨੇ ਵੀ ਕਿਉਂਕਿ ਉਹਨਾਂ ਦੀ ਜਿਹੜੀ ਸੁਣਨ ਦੀ ਸ਼ਕਤੀ ਹੁੰਦੀ ਹੈ ਉਹ ਬਹੁਤ ਸੁਖਮ ਹੁੰਦੀ ਹੈ ਤੇਜ਼ ਹੁੰਦੀ ਹੈ ਠੀਕ ਹੈ ਇਸ ਤੋਂ ਬਾਅਦ ਕੋਈ ਕਿਸੇ ਇੱਕ ਕਹਾਣੀ ਦਾ ਸਾਰ ਲਿਖਣਾ ਹੈ ਵੀ ਕੱਲੋ ਜਾਂ ਮੁਰਕੀਆਂ ਇਹ 6 ਅੰਕਾਂ ਦਾਗਾ ਇਸ ਤੋਂ ਬਾਅਦ ਪ੍ਰਸ਼ਨ ਨੇ ਆਪਣੇ ਕੋਲ ਕੋਈ ਦੋ ਪ੍ਰਸ਼ਨ ਕਰਨੇ ਨੇ 4 ਨੰਬਰ ਦੇ ਕਰੀਮੂ ਤੇ ਰਹੀਮੂ ਬਾਰੇ ਲੋਕ ਕੀ ਸੋਚਦੇ ਨੇ ਹਾਂਜੀ ਕੀ ਸੋਚਦੇ ਨੇ ਵੀ ਵੀ ਜਦੋਂ ਵੀ ਪਿੰਡ ਵਿੱਚ ਕੋਈ ਚੋਰੀ ਹੁੰਦੀ ਹੈ ਤਾਂ ਪਹਿਲਾ ਸ਼ੱਕ ਇਹਨਾਂ ਦੋਨਾਂ 'ਤੇ ਜਾਂਦਾ ਹੈ ਅਗਲਾ ਪ੍ਰਸ਼ਨ ਕੱਲੋ ਨੇ ਲੇਖ ਨੂੰ ਕਿਹੜੀ ਸੁਗਾਤ ਪੇਂਟ ਕੀਤੀ ਤੇ ਕਿਉਂ ਕਿਹੜੀ ਸੁਗਾਤ ਪੇਂਟ ਕੀਤੀ ਬਈ ਅੰਬਾਂ ਦੀ ਟੋਕਰੀ ਕਿਉਂ ਕੀਤੀ ਸੀ ਕਿਉਂਕਿ ਉਹ ਲੇਖਕ ਦੀ ਪਤਨੀ ਨੂੰ ਆਪਣੀ ਪਰਜਾਈ ਮੰਨਦੀ ਸੀ ਤ੍ਰਿਕਾਲਾ ਨੂੰ ਸਾਰਾ ਟਬਰ ਕਿਸ ਦੀ ਉਡੀਕ ਕਰ ਰਿਆ ਸੀ ਵੀ ਹਾਂਜੀ ਕਿਸ ਦੀ ਉਡੀਕ ਕਰ ਰਿਹਾ ਸੀ ਉਹ ਉਡੀਕ ਕਰਨੇ ਸੀ ਵੀ ਜਿਹੜੀ ਜੋਤੀ ਹੈਗੀ ਉਹ ਆਪਣੇ ਸਮਾਗਮ ਬਾਰੇ ਆਪਣੇ ਮੂੰਹੋਂ ਉਹਨਾਂ ਨੂੰ ਦੱਸੇ ਬਸ਼ੀਰਾ ਕਹਾਣੀ ਦੀ ਕਿਹੜੀ ਘਟਨਾ ਨੇ ਲੇਖਕ ਨੂੰ ਰੋਣ ਲਈ ਮਜਬੂਰ ਕਰ ਦਿੱਤਾ ਠੀਕ ਹੈ ਕਿਉਂਕਿ ਉਹ ਕਿਸੇ ਜਿਹੜਾ ਬਸ਼ੀਰੇ ਦੇ ਮੱਥੇ ਤੇ ਉਹ ਜਿਹੜਾ ਲੜ ਗਿਆ ਸੀ ਤੇ ਲਹੂ ਦੀ ਇੱਕ ਤੈਰੀ ਫੁੱਟ ਪਈ ਸੀ ਮਤਲਬ ਉਹਦੇ ਮੱਥੇ ਦੇ ਵਿੱਚੋਂ ਕਾਫੀ ਖੂਨ ਵਗ ਰਿਹਾ ਸੀ ਇਸ ਤੋਂ ਬਾਅਦ ਇੱਕ ਪਾਤਰ ਚਿਤ੍ਰਨ ਕਰਨਾ ਵੀ ਦੋਨਾਂ ਦੇ ਵਿੱਚ ਪੰਜ ਨੰਬਰ ਦਾ ਆਪਣੇ ਕੋਲ ਕਰਨ ਸਿੰਘ ਗਊ ਮੁਖਾ ਸ਼ੇਰ ਮੁਖਾ ਬਜ਼ੁਰਗ ਪਰ ਤਣ ਤੱਕ ਅੱਗੇ ਦੇਖੋ ਵੀ ਆਪਣੇ ਕੋਲ ਵਾਰਤਾਲਾਪ ਨੇ ਇਹਦੇ ਵਿੱਚ ਪਹਿਲਾ ਹੈ ਤਾਂ ਹੁਣ ਤੁਹਾਡਾ ਮਤਲਬ ਹੈ ਸ਼ੇਰ ਮੁਖੇ ਵੱਲ ਹੱਟੀ ਕਰ ਲਈਏ ਤੇ ਗਊ ਮੁਖੇ ਵੱਰ ਘੜਵਣ ਵਾਲੀਏ ਹਾਂਜੀ ਇੱਕ ਕਾਂਗੀ ਦਾ ਨਾਮ ਕੀ ਹੈ ਪੁੱਤਾ ਗਊ ਮੁਖਾ ਸ਼ੇਰ ਮੁਖਾ ਇੱਦਾਂ ਨਾਮ ਦੇ ਗਲੇਰ ਹਨ ਗਉਮੁਖਾ ਸ਼ੇਰਮੁਖਾ ਇਕਾਂਗੀ ਦੇ ਲੇਖ ਦਾ ਨਾਮ ਦੱਸੋ ਹਾਂਜੀ ਕੀ ਹੈ ਵੀ ਗੁਰਚਰਨ ਸਿੰਘ ਜਸੂਜਾ ਗੁਰਚਰਨ ਸਿੰਘ ਜਸੂਜਾ ਗਉਮੁਖੇ ਤੇ ਸ਼ੇਰਮੁਖੇ ਤੋਂ ਕੀ ਭਾਵ ਹੈ ਹਾਂਜੀ ਅੱਗਾ ਤੰਗ ਵਾਲਾ ਜਿਹੜਾ ਮਕਾਨ ਹੁੰਦਾ ਨੂੰ ਗਉਮੁਖਾ ਬੋਲਦੇ ਨੇ ਵੀ ਅੱਗੇ ਚੌੜੇ ਵਾਲਾ ਜਿਹੜਾ ਮਕਾਨ ਹੁੰਦਾ ਉਹ ਅਸੀਂ ਸ਼ੇਰ ਮੁਖਾ ਬੋਲਦੇ ਆਂਗੇ ਠੀਕ ਹੈ ਜਿਹੜੇ ਘਰ ਦਾ ਅੱਗੋਂ ਫਰੰਟ ਜਿਹੜਾ ਉਹ ਤੰਗ ਹੋਵੇ ਉਹਨੂੰ ਅਸੀਂ ਗਊ ਮੁਖਾ ਬੋਲਦੇ ਆਂ ਜਿਹੜੇ ਘਰ ਦਾ ਜਿਹੜਾ ਫਰੰਟ ਹੈਗਾ ਅੱਗੋਂ ਚੌੜਾ ਹੋਵੇ ਉਸਨੂੰ ਅਸੀਂ ਸ਼ੇਰ ਮੁਖਾ ਬੋਲਦੇ ਚਾਹੇ ਜੋ ਕੁਛ ਕਹੇ ਮੈਨੂੰ ਨਹੀਂ ਪਰਵਾ ਮੈਂ 100 ਦੀ ਇੱਕ ਸੁਨਾਤੀ ਵੀ ਮੈਂ ਅੱਡ ਅੱਡ ਹੋਏ ਘਰਾਂ 'ਚ ਨਹੀਂ ਜਾਣਾ ਨਾਲੇ ਆ ਅੱਜ ਦੀ ਗੱਲ ਹੈ ਜਿਵੇਂ ਤੁਹਾਨੂੰ ਪਤਾ ਨਹੀਂ ਜਿੱਦਣ ਦਾ ਇਹ ਵੰਡ ਵੰਡਾਰਾ ਹੋਇਆ ਮੈਂ ਪਾਇਆ ਕਦਮ ਤੁਹਾਡੇ ਦੋਹਾਂ ਦੇ ਘਰਾਂ ਚ ਇਹ ਸ਼ਬਦ ਕਿਸ ਕਾਂਗੀ ਵਿੱਚੋਂ ਹਨ ਹਾਂਜੀ ਪਰਤ ਔਣ ਤੱਕ ਕਿਹੜੀ ਕਾਂਗੀ ਹੈ ਵੀ ਇਹ ਪਰਤ ਔਣ ਤੱਕ ਅਗਲਾ ਪ੍ਰਸ਼ਨ ਦੇਖੋ ਇਹਦੇ ਵਿੱਚੋਂ ਇਸ ਕਾਂਗੀ ਦੇ ਲੇਖ ਦਾ ਕੀ ਨਾਮ ਹੈ ਵੀ ਸतीश ਕੁਮਾਰ ਬਰਮਾ ਸतीश ਕੁਮਾਰ ਬਰਮਾ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਹਾਂਜੀ ਕਿਹਨੇ ਕਹੇ ਵੀ ਜਿਹੜਾ ਪੰਜਾਬਾ ਬਜ਼ੁਰਗ ਸੀ ਉਸ ਨੇ ਆਪਣੇ ਪੁੱਤਰ ਸੱਜਣ ਤੇ ਸੁੰਦਰ ਨੂੰ ਕਹੇ ਇਸ ਤਵਾਰ ਅੱਗੇ ਪ੍ਰੈਸ਼ਨ ਨੇ ਬੰਤੇ ਦੇ ਪਿਤਾ ਦੀ ਮੌਤ ਕਿਵੇਂ ਹੋਈ ਬੰਤੇ ਨੇ ਚਪੜਾਸੀ ਦੀ ਨੌਕਰੀ ਕਿਉਂ ਛੱਡੀ ਜ਼ਿਲ੍ਹੇ ਵਾਲੇ ਬਾਗ ਦੇ ਖੂਨੀ ਸਾਕੇ ਬਾਰੇ ਬੰਤੇ ਦੇ ਕੀ ਵਿਚਾਰ ਸਨ ਬੰਤੇ ਦੇ ਸਵੇਰੇ 6 ਵਜੇ ਕਿੱਥੇ ਪਹੁੰਚਣ ਦਾ ਪ੍ਰੋਗਰਾਮ ਸੀ ਤੇ ਕਿਉਂ ਤਾਂ ਇਹ ਤੁਹਾਡਾ ਪੇਪਰ ਹੈ ਬੇਟਾ ਇਹਨੂੰ ਜਿਵੇਂ ਸੈਂਪਲ ਪੇਪਰ ਮੰਨ ਕੇ ਚੱਲੋ ਵੀ ਸਿਰੇ ਸਕਰੀਨਸ਼ਾਟ ਲੈ ਸਕਦੇ ਹੋ ਠੀਕ ਤਾਂ ਸਾਰੇ ਵਿਦਿਆਰਥੀ ਤਿਆਰੀ ਕਰੋ ਤਾਂ ਜੋ ਤੁਹਾਡੇ ਇਸ ਪੇਪਰ ਦੇ ਵਿੱਚੋਂ ਵਧੀਆ ਅੰਕ ਆਉਣ ਤੇ ਨਾਲ ਜਿਹੜਾ ਤੁਹਾਡਾ ਸਿਲੇਬਸ ਹੈ ਬੇਟਾ ਉਸ ਨੂੰ ਇੱਕ ਵਾਰ ਜਰੂਰ ਵਧੀਆ ਢੰਗ ਨਾਲ ਰੀਡ ਕਰਾਇਆ ਜਾਵੇ ਪੜ੍ਹਿਆ ਜਾਵੇ ਠੀਕ ਓਕੇ ਜੀ ਧੰਨਵਾਦ